ਜ਼ਿੰਦਗੀ ਦਿਲਿਆਂ ਦੇ ਤੇਰੀ ਨਾਤ ਸੁਣੇ ਦਿਆਂ ਨਿਭਜਾ ਜੋ ਬਚ ਗਈ ਜ਼ਿੰਦਗੀ ਦਿਲਿਆਂ ਦੇ ਤੇਰੀ ਨਾਤ ਸੁਣੇ ਦਿਆਂ ਨਿਭਜਾ ਸ਼ਲ ਹਸਨ ਹੁਸੈਨ ਦੇ ਨਾਨੇ ਦੀ ਗੱਲਬਾਤ ਕਰੇ ਦਿਆਂ ਨਿਭਜਾ ਇਹ ਮੇਰੀ ਖਾਹਿਸ਼ ਹੈ ਤੁਹਾਡੀ ਖਾਹਿਸ਼ ਹੈ ਆਓ ਤਾਂ ਜਬਰੀਲ ਦੀ ਖਾਹਿਸ਼ ਪੜ੍ਹਨੇ ਆ ਕਿਆ ਜਬਰਾਈਲ ਨੇ ਸੋਹਣੇ ਨੂੰ ਉਸ ਸੋਹਣੇ ਤੇ ਮਨ ਮੋਣੇ ਇੱਕੋ ਸਿੱਖ ਹੈ ਅਰਬੀ ਚੰਨ ਮਾਇਆ ਤੇਰੇ ਪੈਰ ਚੁੰਮੇ ਇੱਕੋ ਸਿੱਖ ਹੈ ਅਰਬੀ ਚੰਨ ਮਾਇਆ ਤੇਰੇ ਪੈਰ ਚੁੰਮੇ ਦਿਆਂ ਨਿਭਜਾ ਕਿਆ ਪਾਕ ਸਦੀਕ ਨੇ ਗਾਰ ਹੋਵੇ ਹਾਏ ਹਾਏ ਇੱਕ ਮੈਂ ਹੋਵਾਂ ਇੱਕ ਯਾਰ ਹੋਵੇ ਵਾਹ ਵਾਹ ਕੀ ਬਾਤ ਕਿਆ ਪਾਕ ਸਦੀਕ ਨੇ ਗਾਰ ਹੋਵੇ ਇੱਕ ਮੈਂ ਹੋਵਾਂ ਇੱਕ ਯਾਰ ਹੋਵੇ ਸੱਪ ਡੰਗ ਮਾਰੇ ਭਾਵੇਂ ਲੱਖ ਵਾਰੀ ਡੰਗ ਯਾਰ ਜਲੇ ਦਿਆਂ ਨਿਭਜਾ ਸੱਪ ਡੰਗ ਮਾਰੇ ਭਾਵੇਂ ਲੱਖ ਵਾਰੀ ਡੰਗ ਯਾਰ ਜਲੇ ਦਿਆਂ ਨਿਭਜਾਵੇ ਜਿਵੇਂ ਹੁਣ ਦਿਨ ਡੁੱਬਦਾ ਜਾ ਰਿਹਾ ਇਵੇਂ ਅਲੀ ਦੀ ਜੋੜੀ ਚ ਹਜ਼ੂਰ ਦਾ ਸਰਹਾ ਸੁਭਾਨ ਅੱਲਾ ਗਰੂਬ ਹੁੰਦਾ ਹੁੰਦਾ ਸੂਰੇ ਗਰੂਬ ਹੋ ਗਿਆ ਤੇ ਅਲੀ ਨੇ ਪੱਟਾਂ ਤੇ ਸਰਕਾਰ ਦਾ ਸਿਰ ਰੱਖਿਆ ਹੈ ਸੁਭਾਨ ਅੱਲਾ ਹਾਏ ਸੁਭਾਨ ਅੱਲਾ ਬਣੇਗੀ ਜੀ ਉਸ ਨੰਦਰ ਸਮਝ ਆ ਰਿਹਾ ਸੁਭਾਨ ਗਣੇ ਬੰਦੇ ਉੱਠ ਪਾਉਂਦੇ ਨਾ ਮੈਨੂੰ ਪਤਾ ਕਿਉਂ ਉੱਠਦੇ ਨੇ ਬਈ ਮੀਆਂ ਕੀ ਕਰੀਏ ਟਾਈਮ ਹੋ ਗਿਆ ਉਹ ਟਾਈਮ ਨਮਾਜ਼ ਜਦੋਂ ਹੋਇਆ ਤਾਂ ਅਲੀ ਨੂੰ ਪਤਾ ਨਮਾਜ਼ ਦਾ ਟਾਈਮ ਹੋ ਗਿਆ ਪਰ ਯਾਰ ਦੀ ਗੋਦ ਦੇ ਸਿਰ ਹੋਣਾ ਹਾਏ ਹਾਏ ਇਸ ਤੋਂ ਵੱਡੀ ਨਮਾਜ਼ ਕਿਹੜੀ ਹੋ ਸਕਦੀ ਕਿਹੜੀ ਹੋ ਸਕਦੀ ਸੁਭਾਨ ਅੱਲਾ ਅਲੀ ਦੀ ਖਾਹਿਸ਼ ਕੀ ਹੈ ਉਹ ਆਰਾਮ ਕਰ ਰਹੇ ਨੇ ਤੇ ਉਠਾ ਨਹੀਂ ਸਕਦੇ ਵੀ ਅਸਰ ਜਾਂਦੀ ਪਈ ਅਲੀ ਆਖਿਆ ਅਸਰ ਮੈਂ ਵਾਰੀਏ ਤੇਰੀ ਜ਼ਾਤ ਜੋ ਢੇਰ ਪਿਆਰੀ ਸੁਭਾਨ ਅੱਲਾ ਅਲੀ ਆਖਿਆ ਅਸਰ ਮੈਂ ਵਾਰੀਏ ਤੇਰੀ ਜ਼ਾਤ ਜੋ ਢੇਰ ਪਿਆਰੀ ਮੇਰੀ ਝੋਲੀ ਵਿੱਚ ਤੇਰਾ ਸਰ ਹੋਵੇ ਤੈਨੂੰ ਯਾਰ ਸਵੇਂ ਦਿਆਂ ਨਿਭਜਾ ਸੁਭਾਨ ਅੱਲਾ ਨਾਰਾਏ ਹੈਦਰੀ 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 ਮੇਰੀ ਹਾਜ਼ਰੀ ਦੋ ਆਖਰੀ ਸ਼ੇਰ ਭਾਈ ਅੱਲਾ ਰੱਖੇ ਨੂੰ ਚਲੋ ਖਾਜਾ ਕਿਬਲਾ ਆਲਮ ਕੋਲ ਪੁੱਛ ਲਓ ਹਾਏ ਗੌਸ ਪਾਕ ਕੋਲ ਪੁੱਛ ਲਓ ਬਾਬਾ ਫਰੀਦ ਕੋਲ ਪੁੱਛ ਲਓ ਉਹਨਾਂ ਦੇ ਪੀਰ ਕੌਣ ਹੈ ਆਖਰੀ ਸ਼ੇਰ ਪੜ੍ਹਨਾ ਪਿਆ ਤੇ ਚਾਹਨਾ ਹਜ਼ੂਰ ਨੇ ਹਜ਼ਰਤ ਅਨਸ ਰਜ਼ੀ ਅੱਲਾਹ ਤਾਲਾ ਫਰਮਾਇਆ ਅਨਸ ਵਜ਼ੂ ਕਰਿੰਦਿਆਂ ਹਜ਼ੂਰ ਬੜੇ ਕਰੀਬ ਆਣ ਅਨਸ ਇਹ ਬਟੇਰਾ ਕਿਸੇ ਗਲਿਆ ਹੈ ਬੜੀ ਖੁਸ਼ਬੂ ਆ ਰਹੀ ਪੌਣੇ ਨਾਲ ਕੱਜਿਆ ਪਿਆ ਹਜ਼ੂਰ ਖਾਣਾ ਚਾਹੁੰਦੇ ਹਨ ਹਜ਼ੂਰ ਨੂੰ ਭੁੱਖ ਲੱਗੀ ਹੋਈ ਹੈ ਫਰਮ ਲੇਕਿਨ ਫਿਰ ਮੁਤਾਮੇ ਲੋਕ ਦੁਆ ਕਰ ਰਹੇ ਹਨ ਯਾ ਅੱਲਾ ਛੇਤੀ ਛੇਤੀ ਉਹਨੂੰ ਗੱਲ ਜਿਹੜਾ ਤੈਨੂੰ ਵੀ ਮਹਿਬੂਬ ਹੈ ਤੇ ਮੈਨੂੰ ਵੀ ਸੁਭਾਨ ਅੱਲਾ ਤੱਕ ਅਸੀਂ ਰਲ ਕੇ ਖਾ ਲਈਏ ਸੁਭਾਨ ਅੱਲਾ ਅਨ ਸੁਣਦੇ ਪੈਣ ਅਨਸਾ ਮੈਂ ਆਖਿਆ ਜਦੋਂ ਇਸ ਹਜ਼ੂਰ ਦੀ ਦੁਆ ਸੁਣੀ ਨਾ ਵੀ ਕੋਈ ਉਹ ਗੱਲ ਜਿਹੜਾ ਅੱਲਾ ਤੈਨੂੰ ਵੀ ਮਹਿਬੂਬ ਹੈ ਤੇ ਮੈਨੂੰ ਵੀ ਮਹਿਬੂਬ ਹੈ ਅਤੇ ਆਪ ਦਿਲ 'ਚ ਸੋਚਣ ਲੱਗ ਪਏ ਵੀ ਕਾਸ਼ ਕੋਈ ਮੇਰਾ ਚਾਚਾ ਤਾਇਆ ਕੋਈ ਲੱਗਦਾ ਮੇਰੇ ਘਰ ਦਾ ਆ ਜਾਵੇ ਚਲੋ ਇਸ ਬਹਾਨੇ ਉਹ ਮਹਿਬੂਬ ਬਣ ਜਾਏਗਾ ਸੁਭਾਨ ਥੋੜ੍ਹੀ ਦੇਰ ਬਾਅਦ ਕੁੰਡਾ ਖੜਕਿਆ ਬਸ ਆਖਰੀ ਸ਼ੇਰ ਅਨਸਾਂ ਦੇ ਮੈਂ ਜ਼ਰਾ ਤਾਕਾਂ ਦੀ ਜਾਤ ਚੋਂ ਹੀ ਨਜ਼ਰ ਮਰ ਤੋਂ ਬਾਹਰ ਅਲੀ ਖੜਿਆ ਸੁਭਾਨ ਅੱਲਾ ਮੈਂ ਐਵੇਂ ਕਹਿਤਾ ਅਲੀ ਅੱਜ ਹਜ਼ੂਰ ਸੁੱਤੇ ਪੈਣ ਆਰਾਮ ਪੈ ਕਰਦੇ ਤਾਂ ਠਹਿਰ ਕੇ ਆ ਜਾਵੇ ਅੱਲਾ ਅਲੀ ਵੀ ਨਹੀਂ ਕੋਈ ਜ਼ਿੱਦ ਕੀਤੀ ਵੀ ਜੇ ਬੂਹਾ ਖੋਲ ਮੈਂ ਆਪੇ ਜਗਾ ਲਏ ਐਸੀ ਕੋਈ ਗੱਲ ਨਹੀਂ ਅਲੀ ਪੱਕ ਚਲੇ ਗਏ ਹਰ ਅਨਸਾਂ ਨੇ ਮੈਂ ਫਿਰ ਸਰਕਾਰ ਨੇ ਦੁਆ ਕੀਤੀ ਯਾਰ ਅੱਲਾ ਨੂੰ ਜਲਦੀ ਭੇਜ ਦੇ ਜਿਹਨੂੰ ਤੂੰ ਵੀ ਤੇਰਾ ਵੀ ਮਹਿਬੂਬ ਹੈ ਅਤੇ ਮੇਰਾ ਵੀ ਮਹਿਬੂਬ ਹੈ ਸੁਭਾਨ ਅਨਸ ਰਜ਼ੀ ਅੱਲਾ ਤਾਲਾ ਮੈਂ ਦਿਲ ਸੋਚ ਕਾਸ਼ ਕੋਈ ਮੇਰੇ ਘਰ ਦਾ ਬੰਦਾ ਆ ਜਾਵੇ ਤੇ ਸਰਕਾਰ ਦਾ ਮਹਿਬੂਬ ਬਣ ਜਾਏਗਾ ਸੁਭਾਨ ਥੋੜ੍ਹੀ ਦੇਰ ਬਾਅਦ ਦੁਬਾਰਾ ਬੂਹਾ ਖੜਕਿਆ ਮੈਂ ਥੋੜ੍ਹਾ ਜਿਹਾ ਮੋਢੇ ਡੇੜੇ ਹੋ ਕੇ ਵੇਖਿਆ ਤੇ ਬਾਹਰ ਅਲੀ ਖੜਿਆ ਮੌਲਾ ਅਲੀ ਸੁਭਾਨ ਅੱਲਾ ਤੂੰ ਸਵਾਲਾ ਥੋੜ੍ਹੀ ਕਰ ਦਿੱਤੀ ਤੂੰ ਰੋਲਾ ਕੁਝ ਦੇ ਹੈ ਸੁਭਾਨ ਮੈਂ ਇੰਨੇ ਮਿਲਾਦ ਦਿਨ ਦੇ ਪੜ੍ਹ ਕੇ ਵੀ ਤੁਹਾਨੂੰ ਤਾਜ਼ਾ ਦਮ ਸੁਣਾ ਰਿਹਾ ਤੁਸੀਂ ਇੱਕ ਪੜ੍ਹ ਕੇ ਸੁਣ ਕੇ ਥੱਕਦੇ ਮਾਸ਼ਾ ਹਜ਼ਰਾਤ ਫਰਮਾਇਆ ਹਜ਼ੂਰ ਠਹਿਰ ਕੇ ਆ ਜਾਣਾ ਆਰਾਮ ਕਰ ਰਹੇ ਅਲੀ ਚਲੇ ਗਏ
तीसरी बारी सरकार हाथ उठाया, या अल्लाह जल्दी भेज जरा तेनू भी महबूब है तो मैनू भी महबूब है। सुभान अंस ने फिर दिल च यही गल ली, काश कोई मेरे घर का आ जाए, अल्लाह मेरे कबीले का आ जाए। थोड़ी देर बाद दस्तक कोई तो इन्हें जाके बहर एंड विचू वेख्या तो बहर अली खड़े। सुभान अल्लाह, ये आखन ही लगे भी ठहर के आ जावी। पिछू मुस्तफा ने सद मार के आख्या, अंस अगर तेरे घर का कोई नहीं आता तो मेरे घर का नारा है दरी है दरी। सुभान अल्लाह, क्या समझे हो? सुभान अल्लाह, ये डाली तो महबूब है ना मुस्तफा ने। उच्ची जात अली दिए कायनात अली दिए, हाथ उठा के जिन समझ आइए समझ आइए। उच्ची जात अली दिए कायनात अली दिए, अली जितनी किसे दीवी जागीर विखा मैं जमाने ते कोई पीर विखा मैं सलामत रहे। अली वर्गा जमाने ते कोई पीर माशाल्लाह सलाम के खड़े हो जाए। मुस्तफा सदकाए मिला दे रसूल ये सलामे आज जाना हो कबूल। तशरीफ की दुआ होगी। बिस्मिल्लाहिर्रहमानिर्रहीम اللهم صل على سيدنا ومولانا محمد وعلى آل سيدنا ومولانا محمد مبارك وسلم صل عليه। ربنا آتنا في الدنيا حسنة وفي الآخرة حسنة وقنا عذاب النار وأدخلنا الجنة مع الأبرار يا عزيز يا غفار يا رب العالمين। मेरे मालिक खालिक परवरदिगार आलम तेरे महबूब पाक हज़रत मुहम्मद अरबी सल्लल्लाहु अलैहि वाली वसल्लम दी आमद दा जश्न मनाया गया, खूबसूरत महफिल सजाई गई। इस महफिल में जो भी जिक्र अज़कार आका की सनाखानी लंगर शरीफ का एहतमाम इंतज़ाम इंसराम एहतमाम जो भी हुआ सबको अपनी पाक बारगाह में शर्फ कबूलियत अता फरमा। सरकारे दो आलम सल्लल्लाहु अलैहि वाली वसल्लम की मुकद्दस बारगाह में तोहफा पेश करते हैं, मौला कबूल फरमा। हुजूर की हुजूर के तवस्सुल से जमी अंबिया कराम हुजूर के वालदैन शरीफैन तय्यबैन ताहिरैन अजवाज मुतहरात उम्महातुल मोमिनीन अहले बैत अतहार आल पाक औलाद पाक सहाबा कराम सहाबियात मुस्लिमीन मुस्लिमात आरिफीन आरिफात मोमिनीन मोमिनात औलियाए कराम सिद्दीकीन शुहदा सालिहीन तमाम की अरवाह मुकद्दसा को पेश करते हैं, दर्जा बदर्जा कबूल फरमा। मेरे मालिक मेज़बान महफिल ने भाई अल्लाह रखा उनके बरादरान ने इस महफिल का अहतमाम किया, अल्लाह उनके घर को इसी तरह खुशियों से भर दे जिस तरह मेरे आका की मोहब्बत के साथ महफिल को सजाया है, इसी तरह हम सब के घरों को सजा दे। हुजूर की आमद का महीना है, बरकतों वाला महीना,